हाँ जी, सत श्री अकाल, सलाम वालेकुम ते नमस्ते। मैं थोड़ा अपना मलकीत सिंह नीटा, नीटन ब्रदर्स की टीम वालों। सो जिदा कि थोड़े नाल वादा किया, हर वारी कुछ नवा लैके आना, हर वारी कुछ वो लैके आना जिहड़ा तुहाडे लई कितना किते तुहाडी मदद करता है इटालियन सीखण विच। आपां नूं बहुत सारे कई बार कॉल्स आउंदियां ने भी सर असीं लैंग्वेज सीखना चाहते हाँ। बहुत वधिया गल आ, ਇਹ ਜ਼ਿੰਦਗੀ ਦਾ ਤਰੱਕੀ ਵੱਲ ਨੂੰ ਜਾ ਰਿਹਾ ਪਹਿਲਾ ਸਟੈਪ ਆ, ਕਿਉਂਕਿ ਅਗਰ ਆਪਾਂ ਇਟਲੀ ਵਿੱਚ ਰਹਿ ਰਹੇ ਹਾਂ ਤਾਂ ਆਪਾਂ ਨੂੰ ਇਹਨਾਂ ਲੋਕਾਂ ਵਿੱਚ ਵਿਚਰਨਾ ਪੈਂਦਾ ਹੈ, ਇਹਨਾਂ ਲੋਕਾਂ ਦੇ ਨਾਲ ਉੱਠਣਾ ਬੈਠਣਾ ਪੈਂਦਾ ਆ। ਜੇਕਰ ਆਪਾਂ ਨੂੰ ਬੋਲੀ ਨਹੀਂ ਆਉਂਦੀ ਤਾਂ ਆਪਾਂ ਆਪਣੇ ਜਜ਼ਬਾਤ, ਆਪਣੇ ਇਮੋਸ਼ਨ ਇਹਨਾਂ ਨਾਲ ਸ਼ੇਅਰ ਨਹੀਂ ਕਰ ਸਕਦੇ। ਕਈ ਵਾਰੀ ਮੈਨੂੰ ਫੋਨ ਲਾ ਕੇ ਕਹਿੰਦੇ ਨੇ ਵੀ ਸਰ ਅਸੀਂ ਨਾ ਪੂਰੀ ਬੋਲੀ ਬੋਲਣਾ ਸਿੱਖਣਾ ਚਾਹੁੰਦੇ ਹਾਂ। ਠੀਕ ਆ ਸਰ, ਸਾਨੂੰ ਪੂਰੀ ਬੋਲੀ ਨਹੀਂ ਆਉਂਦੀ। ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਪੂਰੀ ਬੋਲੀ ਤਾਂ ਇੱਥੇ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਆਉਂਦੀ। ਸੁਣਿਓ, ਕਈ ਵਾਰੀ ਜਦੋਂ ਪਾਰਲੀਮੈਂਟ ਵਿੱਚ ਗੱਲ ਕਰਦਾ ਹੁੰਦਾ ਹੈ ਤਾਂ ਕਈ ਵਰਬਾਂ ਉਹ ਵੀ ਗਲਤ ਯੂਜ਼ ਕਰਦਾ ਆ। ਡਾਕਟਰ ਬੋਲਦੇ ਨੇ ਡਾਕਟਰਾਂ ਵਾਲੀ, ਵਕੀਲ ਬੋਲਦੇ ਨੇ ਵਕੀਲਾਂ ਵਾਲੀ, ਟੀਚਰ ਬੋਲਦੇ ਨੇ ਟੀਚਰਾਂ ਵਾਲੀ, ਅਤੇ ਜਰਨਲਿਸਟ ਯਾਨੀ ਕਿ ਨਿਊਜ਼ ਪੇਪਰ ਵਾਲੇ ਬੋਲਦੇ ਨੇ ਆਪਣੀ ਇੱਕ ਭਾਸ਼ਾ। ਜਿਹੜੇ ਵੀਰ ਖੇਤੀਬਾੜੀ ਦਾ ਕੰਮ ਕਰਦੇ ਨੇ ਉਹ ਬੋਲਦੇ ਨੇ ਖੇਤੀਬਾੜੀ ਵਾਲੀ, ਜਿਹੜੇ ਮੇਰੇ ਵੀਰ ਫੈਕਟਰੀ 'ਚ ਕੰਮ ਕਰਦੇ ਨੇ ਉਹ ਬੋਲਦੇ ਨੇ ਫੈਕਟਰੀ ਵਾਲੀ। ਹਰ ਕੋਈ ਆਪਣੀ ਆਪਣੀ ਲਾਈਨ ਵਾਸਤੇ ਪਰਫੈਕਟ ਹੈ, ਲੇਕਿਨ ਕਿਤੇ ਨਾ ਕਿਤੇ ਆਪਾਂ ਨੂੰ ਇੱਕ ਹਲਕੇ ਦੇ ਟੱਚ ਦੀ ਲੋੜ ਹੁੰਦੀ ਆ। ਕਈ ਵਾਰੀ ਆਪਾਂ ਸੋਚਦੇ ਹਾਂ ਵੀ ਇਲ ਲਾਤੇ, ਲਾ ਮਾਕਿਨਾ, ਲਾ ਕਾਜ਼ਾ, ਲੇ ਸਕਾਰਪੇ, ਵੀ ਇਹ ਲਾ ਲੇ ਇਲ ਇਹ ਕਿੱਥੋਂ ਆਉਂਦਾ ਆ। ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ, ਅਤੇ ਇਸ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਇੱਕ ਦੋ ਸਵਾਲ ਜ਼ਰੂਰ ਪੁੱਛਾਂਗਾ ਜਿਹਨਾਂ ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਜਵਾਬ ਦੇਵੋਗੇ। ਹਰ ਚੀਜ਼ ਜੋ ਤੁਸੀਂ ਡਿਮਾਂਡ ਕਰਦੇ ਹੋ, ਜਿਸ ਉੱਪਰ ਤੁਸੀਂ ਡਿਮਾਂਡ ਕਰਦੇ ਹੋ, ਉਹਦੇ ਉੱਪਰ ਮੈਂ ਵੀਡੀਓ ਜ਼ਰੂਰ ਬਣਾਵਾਂਗਾ। ਇੱਕ ਹੋਰ ਗੱਲ, ਸਾਡੀਆਂ ਲਗਾਤਾਰ ਲਾਇਸੈਂਸ ਦੀਆਂ ਲਾਈਵ ਕਲਾਸਾਂ ਜਾਰੀ ਨੇ ਸਵੇਰੇ, ਦੁਪਹਿਰ ਅਤੇ ਸ਼ਾਮ। ਸੋ ਜਿਹੜੇ ਮੇਰੇ ਵੀਰ, ਜਿਹੜੇ ਮੇਰੀਆਂ ਭੈਣਾਂ ਲਾਇਸੈਂਸ ਦਾ ਕੋਰਸ ਕਰਨਾ ਚਾਹੁੰਦੀਆਂ ਨੇ, ਦਿੱਤੇ ਹੋਏ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਆਓ ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਅਰਤੀ ਕੋਲੀ, ਸਾਰਿਆਂ ਨਾਲੋਂ ਵੱਡੀ ਡਿਮਾਂਡ ਹੁੰਦੀ ਆ ਅਰਤੀ ਕੋਲੀ ਦੀ। ਅਰਤੀ ਕੋਲੀ ਹੁੰਦੇ ਨੇ ਦੋ ਤਰੀਕੇ ਦੇ, ਅਰਤੀ ਕੋਲੀ ਦੇ ਤਰਮੀਨਾਤੀਵੀ, ਅਰਤੀ ਕੋਲੀ ਇਨ ਦੇ ਤਰਮੀਨਾਤੀਵੀ। ਦੇ ਤਰਮੀਨਾਤੀਵੀ ਕਿਹੜੇ ਹੁੰਦੇ ਨੇ? ਜਿੱਦਾਂ ਕਿ ਇਲ, ਲਾ ਅਤੇ ਲੋ। ਇਨ ਦੇ ਤਰਮੀਨਾਤੀਵੀ ਕਿਹੜੇ ਹੁੰਦੇ ਨੇ? ਜਿਵੇਂ ਕਿ ਉਨ, ਊਨਾ ਅਤੇ ਊਨੋ। ਮੈਂ ਤੁਹਾਨੂੰ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਕਿਤਾਬ, ਇੱਕ ਕਿਤਾਬ ਨੂੰ ਅਗਰ ਆਪਾਂ ਉਹਦੇ ਅੱਗੇ ਆਰਟੀਕਲ ਲਗਾਉਣਾ ਆ ਦੇ ਤਰਮੀਨਾਤੀਵੋ, ਤਾਂ ਉਹਨੂੰ ਕਹਾਂਗੇ ਇਲ ਲਿਬਰੋ। ਅਤੇ ਜੇ ਮੈਂ ਕਿਸੇ ਨੂੰ ਇੱਕ ਕਿਤਾਬ ਕਹਿਣਾ ਹੈ, ਉਹਦੇ ਮੂਹਰੇ ਗਿਣਤੀ ਲਗਾਉਣੀ ਆ, ਫਿਰ ਕਹਾਂਗਾ ਉਨ ਲਿਬਰੋ। ਸੋ ਜਿੱਥੇ ਜਿੱਥੇ ਲੱਗਦਾ ਹੈ ਇਲ, ਉੱਥੇ ਯੂਜ਼ ਕੀਤਾ ਜਾਂਦਾ ਹੈ ਉਨ। ਜਿੱਥੇ ਲੱਗਦਾ ਹੈ ਊਨਾ, ਉੱਥੇ ਯੂਜ਼ ਕੀਤਾ ਜਾਂਦਾ ਹੈ ਲਾ। ਅਤੇ ਜਿੱਥੇ ਲੱਗਦਾ ਹੈ ਲੋ, ਉੱਥੇ ਯੂਜ਼ ਕੀਤਾ ਜਾਂਦਾ ਹੈ ਊਨੋ। ਸੋ ਮੈਂ ਸਾਰਿਆਂ ਨਾਲ ਪਹਿਲਾਂ ਤੁਹਾਨੂੰ ਸ਼ੁਰੂ ਕਰਦਾ ਵਾਂ ਵੀ ਅਸਲ ਵਿੱਚ ਇਲ ਲੱਗਦਾ ਕਿੱਥੇ ਆ। ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਆ, ਨੀਚੇ ਲਿੰਕ ਹੈ, ਉਸਨੂੰ ਜ਼ਰੂਰ ਦੇਖਿਓ ਵੀ ਵੀਡੀਓ ਵਿੱਚ ਮੈਂ ਇਲ ਦਾ ਕਿਸ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਚੈਪਟਰ ਜਿਹੜਾ ਤੁਹਾਨੂੰ ਸਮਝਾ ਰਿਹਾ ਥੋੜ੍ਹਾ ਮੁਸ਼ਕਿਲ ਹੈ, ਮੈਂ ਸਮਝ ਸਕਦਾ, ਕਿਉਂਕਿ ਪੰਜਾਬੀ ਵਿੱਚ ਆਰਟੀਕਲ ਵਗੈਰਾ ਤਾਂ ਹੈ ਹੀ ਨਹੀਂ, ਡਾਇਰੈਕਟ ਗੱਲਾਂ ਹੀ ਨੇ ਆਪਾਂ ਜਿਹੜੀਆਂ ਕਰਦੇ ਹਾਂ ਪੰਜਾਬੀ 'ਚ। ਸੋ ਥੋੜ੍ਹੀ ਮੁਸ਼ਕਿਲ ਆਏਗੀ, ਕੋਈ ਚੱਕਰ ਨਹੀਂ, ਤੁਸੀਂ ਸਿੱਖਣ ਲਈ ਬੈਠੇ ਹੋ ਅਤੇ ਮੈਂ ਸਿਖਾਉਣ ਲਈ ਬੈਠਾ ਹਾਂ ਉੱਥੇ। ਸਰ ਨਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਲ ਕਿੱਥੇ ਲੱਗਦਾ ਆ, ਧਿਆਨ ਨਾਲ। ਸਰ ਨਾ ਪਹਿਲੇ ਦਿਨ ਮੈਂ ਵੀਡੀਓ ਪੋਸਟ ਕੀਤੀ ਸੀਗੀ, ਏ ਬੀ ਸੀ ਡੀ ਈ ਐੱਫ, ਸਾਰੀ ਏ ਬੀ ਸੀ ਵਾਲੀ। ਏ ਬੀ ਸੀ ਵਿੱਚ ਹੁੰਦੇ ਨੇ ਕੁਝ ਕੌਨਸੋਨੈਂਟ ਅਤੇ ਕੁਝ ਹੁੰਦੇ ਨੇ ਵਾਵਲ। ਕੌਨਸੋਨੈਂਟ ਕਿਹੜੇ ਹੁੰਦੇ ਨੇ? ਜਿੱਦਾਂ ਕਿ ਬੀ ਸੀ ਡੀ ਐੱਫ। ਵਾਵਲ ਹੁੰਦੇ ਨੇ ਟੋਟਲ ਪੰਜ, ਏ ਈ ਆਈ ਓ ਯੂ, ਪੰਜ ਵਾਵਲ ਨੇ, ਬਾਕੀ ਸਾਰੇ ਕੌਨਸੋਨੈਂਟ ਨੇ। ਸੌਖਾ ਤਰੀਕਾ ਸਮਝਣ ਦਾ। ਸੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਲ ਕਿੱਥੇ ਲੱਗਦਾ ਆ। ਜਿੰਨੇ ਵੀ ਲਫ਼ਜ਼ ਕੌਨਸੋਨੈਂਟ ਦੇ ਨਾਲ ਸ਼ੁਰੂ ਹੋਣ, ਜਿੱਦਾਂ ਕਿ ਇਲ ਲਿਬਰੋ, ਜਿਹੜਾ ਐਲ ਏ ਉਹ ਇੱਕ ਕੌਨਸੋਨੈਂਟ ਆ, ਇਲ ਰਗਾਸੋ ਆਰ ਏ ਉਹ ਕੌਨਸੋਨੈਂਟ ਆ, ਇਲ ਜੋਰਨੋ
ਜੋਰ ਨੂੰ ਇੱਕ ਦਿਨ ਨੂੰ ਕਹਿੰਦੇ ਨੇ ਸੋ ਜੀ ਵੀ ਇੱਕ ਕੌਨਸੋਨੈਂਟ ਆ ਐਲ ਆਰ ਜੀ ਆਪਾਂ ਇਸ ਤੋਂ ਪਹਿਲੇ ਵਾਲੀ ਵੀਡੀਓ 'ਚ ਦੱਸਿਆ ਸੀਗਾ ਵੀ ਓ ਅਤੇ ਏ ਜਿੰਨੇ ਲਫਜ਼ ਖਤਮ ਹੋਣ ਉਹ ਮੇਲ ਅਤੇ ਫੀਮੇਲ ਹੁੰਦੇ ਨੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਇਲ ਕਿੰਨਾ ਮੂਹਰੇ ਲੱਗਦਾ ਆ ਸੋ ਲਾਸਟ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਜਿੰਨਾ ਪਿੱਛੇ ਓ ਓ ਓ ਲੱਗੇਗਾ ਉਹ ਮਸਕੀਲੇ ਨੇ ਇਹ ਤਾਂ ਪਤਾ ਆਪਾਂ ਨੂੰ ਵੀ ਉਹ ਮੇਲ ਏ ਲੇਕਿਨ ਪੰਗਾ ਉਦੋਂ ਖੜਾ ਹੁੰਦਾ ਹੈ ਕਿ ਇਸ ਦੇ ਅੱਗੇ ਹੁਣ ਕੀ ਲੱਗਣਾ ਆ ਇਸ ਦੇ ਅੱਗੇ ਆਪਾਂ ਇਲ ਲਗਾਉਣਾ ਆ ਇਸ ਦੇ ਅੱਗੇ ਆਪਾਂ ਇਕੱਲਾ ਐਲ ਲਗਾਉਣਾ ਆ ਜਾਂ ਇਸ ਦੇ ਅੱਗੇ ਆਪਾਂ ਇਕੱਲਾ ਲੋ ਲਗਾਉਣਾ ਆ ਕਿਉਂਕਿ ਤਿੰਨੋਂ ਹੀ ਮਾਸਕਿਓ ਵਾਸਤੇ ਯੂਜ਼ ਕੀਤੇ ਜਾਂਦੇ ਨੇ ਧਿਆਨ ਨਾਲ ਮੈਂ ਦੁਬਾਰਾ ਦੱਸਦਾ ਇਟਲੀ ਵਿੱਚ ਆਰਟੀਕਲ ਜਿਹੜੇ ਇੱਕ ਫੀਮੇਲ ਦੀ ਕੈਟਾਗਰੀ ਵਾਲੇ ਨੇ ਇੱਕ ਮੇਲ ਦੀ ਕੈਟਾਗਰੀ ਵਾਲੇ ਨੇ ਮੈਂ ਪਹਿਲੇ ਦੱਸਦਾ ਮੇਲ ਵਾਲੇ ਕਿਹੜੇ ਨੇ ਇਲ ਐਲ ਦੇ ਉੱਪਰ ਵੋਸਟਰੋਫੋ ਪਾ ਕੇ ਅਤੇ ਲੋ ਇਹ ਮਾਸਕਿਓ ਨੇ ਫੀਮੇਲ ਦੀ ਗੱਲ ਕਰਦੇ ਹਾਂ ਲਾ ਅਤੇ ਐਲ ਦੇ ਉੱਪਰ ਵੋਸਟਰੋਫੋ ਪਾ ਕੇ ਇਹ ਫੀਮੇਲ ਵਾਲੇ ਨੇ ਹੁਣ ਪੰਗਾ ਉਦੋਂ ਖੜਾ ਹੁੰਦਾ ਹੈ ਵੀ ਇੱਕ ਐਸਾ ਤੁਹਾਡੇ ਮੂਹਰੇ ਲਫਜ਼ ਆ ਜੇ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਮਾਸਕਿਓ ਆ ਇਹ ਮੇਲ ਆ ਲੇਕਿਨ ਇਹ ਕਿੱਦਾਂ ਪਤਾ ਲੱਗੇਗਾ ਵੀ ਇਸ ਦੇ ਅੱਗੇ ਹੁਣ ਮੈਂ ਇਲ ਲਗਾਉਣਾ ਏ ਜਾਂ ਲੋ ਲਗਾਉਣਾ ਏ ਜਾਂ ਇਕੱਲਾ ਐਲ ਲਗਾਉਣਾ ਆ ਮੈਂ ਤੁਹਾਨੂੰ ਦੱਸਦਾ ਜਿੰਨੇ ਲਫਜ਼ ਸ਼ੁਰੂ ਹੋਣ ਕੌਨਸੋਨੈਂਟ ਦੇ ਨਾਲ ਇਲ ਲਿਬਰੋ ਇਲ ਰਗਾਸੋ ਅਤੇ ਇਲ ਜੋਰਨੋ ਜਿੰਨੇ ਲਫਜ਼ ਸ਼ੁਰੂ ਹੋਣ ਕੌਨਸੋਨੈਂਟ ਦੇ ਨਾਲ ਇਲ ਲਿਬਰੋ ਇਲ ਰਗਾਸੋ ਅਤੇ ਇਲ ਜੋਰਨੋ ਇਹਨਾਂ ਮੂਹਰੇ ਲੱਗਦਾ ਆ ਇਲ ਤੁਹਾਡਾ ਮੂਹਰੇ ਹੁਣ ਸਵਾਲ ਆ ਗਿਆ ਸਰ ਫਿਰ ਐਲ ਦੇ ਉੱਪਰ ਵੋਸਟਰੋਫੋ ਵਾਲਾ ਉਹ ਕਿੰਨਾ ਮੂਹਰੇ ਲੱਗੇਗਾ ਪਹਿਲੇ ਆਪਾਂ ਇੱਕ ਗੱਲ ਸਮਝੀਏ ਜਿਹੜੇ ਸ਼ੁਰੂ ਹੁੰਦੇ ਨੇ ਕੌਨਸੋਨੈਂਟ ਦੇ ਨਾਲ ਉਹਨਾਂ ਮੂਹਰੇ ਲੱਗਦਾ ਆ ਇਲ ਜਿੰਨੇ ਵੀ ਇਟਲੀ ਵਿੱਚ ਲਫਜ਼ ਸ਼ੁਰੂ ਹੋਣਗੇ ਵਾਵਲ ਦੇ ਨਾਲ ਵਾਵਲ ਕਿਹੜੇ ਕਿਹੜੇ ਹੁੰਦੇ ਨੇ ਅਮੀਕੋ ਏ ਦੇ ਨਾਲ ਸ਼ੁਰੂ ਹੋਇਆ ਏ ਏ ਦੇ ਫੀਚੋ ਈ ਦੇ ਨਾਲ ਸ਼ੁਰੂ ਹੋਇਆ ਏ ਔਕਿਓ ਏ ਓ ਦੇ ਨਾਲ ਸ਼ੁਰੂ ਹੋਇਆ ਏ ਸੋ ਏ ਈ ਅਤੇ ਓ ਇਹਨਾਂ ਦੀ ਸ਼ੁਰੂਆਤ ਜਿਹੜੀ ਹੋਈ ਆ ਉਹ ਵਾਵਲ ਦੇ ਨਾਲ ਹੋਈ ਆ ਖਤਮ ਬੇਸ਼ੱਕ ਓ ਦੇ ਨਾਲ ਹੋਏ ਨੇ ਖਤਮ ਨਾਲ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਤਾਂ ਆਪਾਂ ਨੂੰ ਸਮਝ ਆ ਗਈ ਵੀ ਇਹ ਸਾਰੇ ਦੇ ਸਾਰੇ ਮਾਸਕਿਓ ਨੇ ਪੰਗਾ ਖੜਾ ਹੁੰਦਾ ਵੀ ਇਹਨਾਂ ਦੇ ਮੂਹਰੇ ਕੀ ਲਗਾਉਣਾ ਆ ਆਪਾਂ ਇਹਨਾਂ ਦੇ ਅੱਗੇ ਕੀ ਲਗਾਉਣਾ ਆ ਸੋ ਜਿੰਨੇ ਵੀ ਲਫਜ਼ ਸ਼ੁਰੂ ਹੁੰਦੇ ਨੇ ਵਾਵਲ ਦੇ ਨਾਲ ਲਮੀਕੋ ਐਲ ਲਾ ਮੀਕੋ ਐਲ ਵੋਸਟਰਫੋ ਏ ਦੀ ਫੀਚੋ ਐਲ ਵੋਸਟਰਫੋ ਲੋਕਿਓ ਸੋ ਇੱਦਾਂ ਤੁਸੀਂ ਕਦੇ ਨਹੀਂ ਕਹਿ ਸਕਦੇ ਇਲ ਓਕਿਓ ਜਾਂ ਇਲ ਅਮੀਕੋ ਇਹ ਬਿਲਕੁਲ ਗਲਤ ਆ ਜਿੰਨੇ ਵੀ ਸ਼ਬਦ ਸ਼ੁਰੂ ਹੋਣਗੇ ਵੋਵਲ ਦੇ ਨਾਲ ਵੋਵਲ ਕਿਹੜੇ ਕਿਹੜੇ ਨੇ ਦੁਬਾਰਾ ਦੱਸ ਦੇਣਾ ਏ ਈ ਆਈ ਓ ਯੂ ਇਹ ਪੰਜ ਵੋਵਲ ਨੇ ਜਿਨ੍ਹਾਂ ਦੀ ਸ਼ੁਰੂਆਤ 'ਤੇ ਆਪਾਂ ਨੂੰ ਐਲ ਦੇ ਉੱਪਰ ਵੋਸਟਰਫੋ ਲਗਾਉਣੀ ਪੈਂਦੀ ਆ ਇਹ ਰੂਲ ਆ ਬੇਸਿਕ ਰੂਲ ਜਿਹੜਾ ਆ ਹੁਣ ਆਪਾਂ ਗੱਲ ਕਰਦੇ ਹਾਂ ਲੋ ਕਿੰਨਾ ਮੂਹਰੇ ਲੱਗਦਾ ਆ ਪੈ ਗਿਆ ਪੰਗਾ ਬੜੀ ਮੁਸ਼ਕਲ 'ਤੇ ਆਪਾਂ ਇਲ ਸਿੱਖਿਆ ਸੀ ਬੜੀ ਮੁਸ਼ਕਲ 'ਤੇ ਆਪਾਂ ਐਲ ਅਤੇ ਵੋਸਟਰਫੋ ਸਿੱਖਿਆ ਆ ਲੋ ਲੱਗਦਾ ਹੈ ਧਿਆਨ ਦੇ ਨਾਲ ਜਿੰਨੇ ਵੀ ਧਿਆਨ ਨਾਲ ਪਲੀਜ਼ ਮੈਂ ਜਿਹੜੀ ਗੱਲ ਦੱਸਦਾ ਹੁਣ ਮੈਂ ਬਹੁਤ ਮਿਹਨਤ ਕਰਕੇ ਤੁਹਾਡੇ ਤੱਕ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਵਾਂ ਅਤੇ ਕੋਸ਼ਿਸ਼ ਕਰਦਾ ਘੱਟ ਤੋਂ ਘੱਟ ਲਫਜ਼ਾਂ ਵਿੱਚ ਤੁਹਾਨੂੰ ਪੂਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ ਨਹੀਂ ਤਾਂ 10-10 ਸਾਲ ਲੱਗ ਜਾਂਦੇ ਨੇ ਬੋਲੀ ਸਿੱਖਣ ਲਈ ਅਤੇ ਸਿਖਾਉਣ ਲਈ ਜਿੰਨੇ ਸ਼ਬਦ ਸ਼ੁਰੂ ਹੋਣਗੇ ਐਸ ਅਤੇ ਕੌਨਸੋਨੈਂਟ ਦੇ ਨਾਲ ਧਿਆਨ ਨਾਲ ਜਿੰਨੇ ਲਫਜ਼ ਸ਼ੁਰੂ ਹੁੰਦੇ ਨੇ ਐਸ ਅਤੇ ਉਸ ਤੋਂ ਅਗਲਾ ਜਿਹੜਾ ਅਕਸ਼ਰ ਆ ਅਗਲਾ ਜਿਹੜਾ ਏ ਬੀ ਸੀ ਦਾ ਅਕਸ਼ਰ ਆ ਉਹ ਅਗਰ ਕੌਨਸੋਨੈਂਟ ਹੈ ਉਹਨਾਂ ਮੂਹਰੇ ਲੋ ਲੱਗਦਾ ਆ ਮੈਂ ਤੁਹਾਨੂੰ ਐਗਜ਼ੈਂਪਲ ਦਿੰਦਾ ਐਸ ਟੀ ਏ ਡੀ ਆਈ ਓ ਸਟਾਡੀਓ ਅਗਰ ਬਾਈ ਚਾਂਸ ਇਹ ਰੂਲ ਤੁਹਾਨੂੰ ਨਾ ਪਤਾ ਹੁੰਦਾ ਐਸ ਪਲੱਸ ਕੌਨਸੋਨੈਂਟ ਵਾਲਾ ਤੁਸੀਂ ਫਟਾਫਟ ਇਲ ਲਗਾਉਣਾ ਹਿੰਦੇ ਮੂਹਰੇ
ਅੱਗੇ ਮੈਂ ਗੱਲ ਕਰਦਾ ਲੋ ਸਟੂਡੀਓ, ਜਿਹੜਾ ਸਟੂਡੀਓ ਹੁੰਦਾ ਡਾਕਟਰ ਦਾ ਜਾਂ ਵਕੀਲਾਂ ਦਾ, ਸਟੇਡੀਅਮ ਲੋ ਸਟਾਦੀਓ। ਇਹਨਾਂ ਮੂਹਰੇ ਲੋ ਤਾਂ ਲੱਗਦਾ ਹੈ ਕਿਉਂਕਿ ਇਟਲੀ ਵਿੱਚ ਰੂਲ ਆ, ਜਿੰਨੇ ਲਫਜ਼ ਸ਼ੁਰੂ ਹੋਣਗੇ ਐਸ ਪਲੱਸ ਕੋਈ ਵੀ ਕੌਨਸੋਨੈਂਟ, ਮੈਂ ਇੱਕ ਐਗਜ਼ਾਮਪਲ ਦੇਵਾਂ ਹੋਰ, ਲੋ ਸਪਾਗੋ ਜਿਹੜੀ ਰੱਸੀ ਹੁੰਦੀ ਆ, ਲੋ ਸਕੋਂਤਰੀਨੋ, ਬਹੁਤ ਸਾਰੇ ਐਸੇ ਲਫਜ਼ ਨੇ ਆਪਾਂ ਸਕੋਂਤਰੀ ਕਹਿ ਦਿੰਦੇ ਹਾਂ, ਸਪਾਗੋ ਕਹਿ ਦਿੰਦੇ ਹਾਂ, ਗਲਤ ਆ। ਇਲ ਲੱਗਦਾ ਆ ਕੌਨਸੋਨੈਂਟ ਦੀ ਸ਼ੁਰੂਆਤ 'ਤੇ, ਐਲ ਵੋਸਟਰਫੋ ਲੱਗਦਾ ਆ ਵਾਵਲ ਦੀ ਸ਼ੁਰੂਆਤ 'ਤੇ। ਅਤੇ ਲੋ ਵਾਸਤੇ ਰੂਲ ਕੀ ਹੈ, ਜਿੰਨੇ ਸ਼ਬਦ ਸ਼ੁਰੂ ਹੋਣ ਐਸ ਪਿਊ ਐਸ ਪਲੱਸ ਕੋਈ ਵੀ ਕੌਨਸੋਨੈਂਟ ਹੋਏ। ਓਕੇ, ਇਹ ਤਾਂ ਤੁਹਾਨੂੰ ਪਤਾ ਚੱਲ ਗਿਆ ਵੀ ਐਸ ਪਲੱਸ ਕੋਈ ਵੀ ਕੌਨਸੋਨੈਂਟ। ਲੇਕਿਨ ਇਸ ਤੋਂ ਇਲਾਵਾ ਕੁਝ ਇਟਲੀ ਵਿੱਚ ਐਸੇ ਲਫਜ਼ ਨੇ ਜਿਹੜੇ ਸ਼ੁਰੂ ਹੁੰਦੇ ਨੇ ਜੀ ਐਨ, ਪੀ ਐਨ, ਪੀ ਐਸ, ਐਕਸ ਵਾਈ ਅਤੇ ਜ਼ੈਡ। ਸੋ ਪਹਿਲਾ ਰੂਲ ਕੀ ਹੈ ਲੋ ਦਾ, ਜਿੰਨੇ ਲਫਜ਼ ਸ਼ੁਰੂ ਹੋਣਗੇ ਐਸ ਪਲੱਸ ਕੋਈ ਵੀ ਕੌਨਸੋਨੈਂਟ, ਸਟੂਡੀਓ, ਸਟਾਦੀਓ, ਸਪਾਗੋ, ਸਕੋਂਤਰੀਨੋ, ਹੋਰ ਵੀ। ਅੱਛਾ, ਉਸ ਤੋਂ ਬਾਅਦ ਜਿੰਨਾ ਵੀ ਲਫਜ਼ਾਂ ਦੀ ਸ਼ੁਰੂਆਤ ਹੁੰਦੀ ਆ ਨਿਓਮੋ, ਪਿਨਯੋਮਾਤੀਕੋ, ਯੋਗੁਰਤ, ਜ਼ੀਓ, ਜ਼ੀਓ ਹੁੰਦਾ ਅੰਕਲ, ਆਪਾਂ ਕੀ ਕਹਾਂਗੇ ਇਲ ਜ਼ੀਓ, ਗਲਤ, ਆਪਾਂ ਕੀ ਕਹਾਂਗੇ ਐਲ ਜ਼ੀਓ, ਨੋ ਲੋ ਜ਼ੀਓ, ਕਿਉਂਕਿ ਇਸਦੀ ਸ਼ੁਰੂਆਤ ਹੋਈ ਆ ਜ਼ੈਡ ਤੋਂ। ਆਪਾਂ ਦਹੀਂ ਖਾਣ ਲੱਗੇ ਹਾਂ ਕੀ ਕਹਾਂਗੇ, ਇਲ ਯੋਗੁਰਤ, ਗਲਤ ਆ ਲੋ ਯੋਗੁਰਤ। ਆਪਾਂ ਗੱਡੀ ਦਾ ਟਾਇਰ ਬਦਲਵਾਉਣਾ ਆ, ਟਾਇਰ ਨੂੰ ਕਹਿੰਦੇ ਨੇ ਪਨਿਊਮਾਤੀਕੋ, ਕੀ ਕਹਾਂਗੇ ਇਲ ਪਨਿਊਮਾਤੀਕੋ, ਨੋ ਲੋ ਪਨਿਊਮਾਤੀਕੋ। ਸੋ ਜਿੰਨੇ ਲਫਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਜੀ ਐਨ, ਪੀ ਐਨ, ਪੀ ਐਸ, ਐਕਸ ਵਾਈ, ਜ਼ੈਡ ਅਤੇ ਪਲੱਸ ਐਸ ਪਿਊ ਕੋਈ ਵੀ ਕੌਨਸੋਨੈਂਟ ਹੋਏ, ਉਹਨਾਂ ਸਾਰਿਆਂ ਦੇ ਅੱਗੇ ਲੋ ਲੱਗਦਾ ਹੈ। ਕੀ ਤੁਹਾਨੂੰ ਇਹ ਪਹਿਲੇ ਇਸ ਤੋਂ ਪਹਿਲੇ ਪਤਾ ਸੀਗਾ? ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਹੌਲੀ ਹੌਲੀ ਕਰਕੇ ਸਿੱਖਣੀਆਂ ਪੈਣੀਆਂ ਨੇ। ਬੋਲੀ ਕਿੱਦਾਂ ਸਿੱਖਾਂਗੇ? ਤੁਹਾਡੇ ਕੋਲ ਕੋਈ ਕਿਤਾਬ ਆ, ਤੁਸੀਂ ਉੱਪਰ ਨਾ ਅੰਡਰਲਾਈਨ ਜ਼ਰੂਰ ਕਰਿਆ ਕਰੋ। ਜਿੱਦਾਂ ਤੁਹਾਨੂੰ ਕੋਈ ਸ਼ਬਦ ਦੇਖਿਆ ਲੋ, ਫਟਾਫਟ ਦੇਖਿਆ ਵੀ ਲੋ ਸਤੂ ਦਿਓ। ਮੇਰੀਆਂ ਗੱਲਾਂ ਸਿਰਫ ਮੈਂ ਇੰਨੀਆਂ ਕਿ ਤੁਹਾਨੂੰ ਉਦਾਹਰਣਾਂ ਦੇ ਸਕਦਾ, ਬਾਕੀ ਤੁਹਾਨੂੰ ਖੁਦ ਲੱਭਣੀਆਂ ਪੈਣੀਆਂ ਨੇ ਕਿਤਾਬ ਉੱਪਰ। ਅੱਛਾ, ਇਹ ਤਾਂ ਸੀਗੇ ਇਲ ਅਤੇ ਐਲ ਅਤੇ ਲੋ ਉੱਪਰ। ਜਦੋਂ ਇਹਨਾਂ ਦੇ ਇੱਕ ਵਚਨ ਤੋਂ ਹੁੰਦੇ ਨੇ ਬਹੁ ਵਚਨ, ਬਹੁ ਵਚਨ ਮਤਲਬ ਇੱਕ ਤੋਂ ਜ਼ਿਆਦਾ। ਸੋ ਇਲ ਲਿਬਰੋ, ਇੱਕ ਨੂੰ, ਇ ਲਿਬਰੀ, ਇੱਕ ਤੋਂ ਜ਼ਿਆਦਾ, ਇਲ ਰਗਾਤਸੋ, ਈ ਰਗਾਤਸੀ, ਇਲ ਜੋਰਨੋ, ਈ ਜੋਰਨੀ। ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਮੂਹਰੇ ਐਲ ਲੱਗਦਾ ਆ, ਲਮੀਕੋ, ਲੀ ਅਮੀਚੀ। ਹਾਂਜੀ, ਜਿਹੜੇ ਪਲੂਰਲ ਹੁੰਦੇ ਨੇ, ਜਿਹੜੇ ਬਹੁਵਚਨ ਹੁੰਦੇ ਨੇ ਐਲ ਵਾਲੇ ਜਾਂ ਕਹਿ ਲਓ ਤੁਸੀਂ ਲੋ ਵਾਲੇ, ਇਹਨਾਂ ਦੇ ਪਲੂਰਲ ਹੋਣ 'ਤੇ, ਬਹੁਵਚਨ ਹੋਣ 'ਤੇ ਲੀ ਲੱਗਦਾ ਆ। ਲਮੀਕੋ, ਲੀ ਅਮੀਚੀ, ਲੇ ਦਿਫੀਚੋ, ਲੀ ਅਦਿਫੀਚੀ, ਲੋਕਿਓ, ਅੱਖ, ਲੀ ਔਕੀ। ਸੋ ਅਗਰ ਤੁਹਾਡੀ ਇੱਕ ਅੱਖ ਆ ਲੋਕਿਓ, ਦੋ ਅੱਖਾਂ ਨੇ ਲੀ ਔਕੀ। ਸੋ ਇਹਨਾਂ ਦੇ ਪਲੂਰਲ 'ਤੇ ਲੀ ਲੱਗਦਾ ਹੈਗਾ ਆ। ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਲੋ ਦੀ, ਲੋ ਸਟਾਦੀਓ, ਲੀ ਸਟਾਦੀ, ਲੋ ਨਿਓਮੋ, ਲੀ ਨਿਓਮੀ, ਲੋ ਪਿਨਯੋਮਾਤੀਕੋ, ਲੀ ਪਿਨਯੋਮਾਤੀਚੀ, ਲੋ ਜ਼ੀਓ, ਲੀ ਜ਼ੀ। ਸੋ ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਆਪਾਂ ਇਸ ਕੋਰਸ ਦੌਰਾਨ ਤੁਹਾਨੂੰ ਸਿਖਾਵਾਂਗੇ ਅੱਗੇ ਜਾ ਕੇ। ਫਿਲਹਾਲ ਤੁਸੀਂ ਅੱਜ ਆਈ ਹੋਪ ਇਹ ਸਿੱਖਿਆ ਵੀ ਇਲ, ਲੈ ਅਤੇ ਲੋ ਕਿੱਥੇ ਕਿੱਥੇ ਯੂਜ਼ ਹੁੰਦਾ ਆ। ਸੋ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਲਾ ਅਤੇ ਐਲ ਵੋਸਟਰਫੋ ਕਿੰਨਾ ਮੂਹਰੇ ਲਗਾਇਆ ਜਾਂਦਾ।